मेरी तरफों सारे सत श्रीकाल नमस्कार ते गुड इवनिंग। ये वीडियो मैं पंजाबी भाषा च बनाई है ते बनाई हैगी इंटरनेशनल स्टूडेंट्स वास्ते जिहड़े कि भारत के वक् वक् स्टेटा तो कनेडा च पहुँचे हुए ने ते उन्हां नूं नौकरी लभण दे विचकार प्रॉब्लम आ रही है। एक गल मैं तुहानूं साफ सुथरी दस दिंदा, कनेडा च नौकरी की कोई शॉर्टेज नहीं है, इत्थे कोई तुहानू डीसी नहीं लाएगा, एक कंट्री लेबर टाइप जॉब ही प्रोवाइड कर सकता है ते तुहानू लेबर टाइप जॉब ही मिल सकती है। अज की वीडियो च मैं तुहानू लिस्ट ऑफ वर्कर्स इन कंस्ट्रक्शन इंडस्ट्री दसूंगा। कनेडा दे विचकार लड़के लड़कियां च कोई भेदभाव नहीं हुंदा, जे दोनों फिजिकली स्ट्रोंग ने। ये फील्ड मैं तुहानू 27 फील्ड ने, इहदी मैं तुहानू खासियत दसूंगा और स्पैशली जिहड़े लड़के ते लड़कियां पिंडां चों आए ने जिन्हां दे पेरेंट्स खेतीबाड़ी करदे सी, ओह ये काम च बहुत निपुण ने और मैं तुहानू दसूंगा कि ये काम इहनां चों जिहड़ा भी काम तुहानू पसंद है, देखो तुसीं मेरे मुताबक ना चलो, और ये काम कितों मिलता है। जे तुसी कंप्यूटर ते गूगल बाबे ते बैठोगे लिस्ट ऑफ बिल्डर्स डैश जिहड़े शहर च तुसी रह रहे जी, कनेडा दे कानून मुताबक की है, कोई भी बिल्डर या कोई भी बिजनेसमैन है, कोई भी कमर्शियल इस्टैबलिशमेंट है, उहदे कोले वैबसाइट हुंदा है। तुसी जद ये लिस्ट कढोगे उहदा प्रिंट आउट कढ लो, ਉਹਦੇ ਜੋ ਉਹਦਾ ਫੋਨ ਨੰਬਰ ਤੇ ਈਮੇਲ ਆਈਡੀ ਲਿਖਿਆ ਹੁੰਦਾ, ਤੁਸੀਂ ਵਰਕਿੰਗ ਹਾਵਰ 'ਚ ਉਹਨੂੰ ਫੋਨ ਕਰਕੇ ਪੁੱਛ ਸਕਦੇ ਜੀ ਕਿ ਕੀ ਤੈਨੂੰ ਇਹਨਾਂ 'ਚੋਂ ਕਿਸੇ ਵਰਕਰ ਦੀ ਲੋੜ ਹੈ ਜਾਂ ਨਹੀਂ ਹੈ। ਹੁਣ ਤੁਹਾਨੂੰ ਮੈਂ ਇਹ ਦੱਸੂੰਗਾ ਕਿ ਤੁਸੀਂ ਕਰੋੜਪਤੀ ਕਿਵੇਂ ਬਣ ਸਕੋਗੇ ਇਹਨਾਂ ਵਿਚਕਾਰ। ਇਹ ਜਿੰਨੇ ਵੀ ਪ੍ਰੋਫੈਸ਼ਨ ਨੇ, ਪਹਿਲਾਂ ਤਾਂ ਤੁਸੀਂ 2 ਸਾਲ ਇਹਦੀ ਨੌਕਰੀ ਕਰੋਗੇ ਜਾਂ 3 ਸਾਲ, ਤੁਸੀਂ ਉਹ ਕੰਮ ਨੂੰ ਧਿਆਨ ਨਾਲ ਸਿੱਖੋ, ਆਪਦੇ ਇੰਪਲੋਇਰ ਨੂੰ ਕਦੀ ਸ਼ੋਅ ਨਾ ਹੋਣ ਦਿਓ ਕਿ ਮੈਂ ਇਹ ਕੰਮ ਸਟਾਰਟ ਆਪਣੇ ਆਪ ਕਰਨਾ ਹੈ। ਦੇਖੋ ਕੈਨੇਡਾ 'ਚ ਕੀ ਹੁੰਦਾ ਹੈ ਕਿ ਕੋਈ ਵੀ ਕੰਮ ਸਟਾਰਟ ਕਰਨਾ ਹੈ, ਸਿੰਪਲੀ ਬਿਜ਼ਨਸ ਲਾਇਸੈਂਸ ਲੈਣਾ ਹੁੰਦਾ ਹੈ ਜਿਹੜਾ ਕਿ ਸਿਟੀ ਹਾਲ ਦੇ ਦਫ਼ਤਰ ਤੋਂ ਆਰਾਮ ਨਾਲ ਮਿਲ ਜਾਂਦਾ ਹੈ, ਕੋਈ ਬਹੁਤੇ ਸਵਾਲ ਜਵਾਬ ਨਹੀਂ ਹੁੰਦੇ। ਕੈਨੇਡਾ ਦੇ ਵਿੱਚ ਕੀ ਆ, ਜਿਹੜੇ ਬਿਜ਼ਨਸਮੈਨ ਨੇ ਉਹੀ ਕਰੋੜਪਤੀ ਨੇ, ਜਿਹੜੇ ਨੌਕਰੀ ਕਰਨ ਵਾਲੇ ਆ ਉਹ ਤਾਂ ਸਿਰਫ ਸਵੇਰੇ 7 ਵਜੇ ਜਾ ਕੇ 3 ਵਜੇ ਵਾਪਸ ਮੁੜਨ ਵਾਲੇ ਨੇ ਅਤੇ ਉਹਨਾਂ ਦੀ 15% ਤੋਂ ਲੈ ਕੇ 35% ਤੱਕ ਤਨਖਾਹ ਕੱਟੀ ਜਾਂਦੀ ਹੈ ਅਤੇ ਜਦੋਂ ਸਮਾਨ ਖਰੀਦਣ ਜਾਂਦੇ ਨੇ 15% ਉਦੋਂ ਕਟੌਤੀ ਹੋ ਜਾਂਦੀ ਹੈ। ਸਿਰਫ ਤਮਾਸ਼ਾ ਦੇਖਣ ਨੂੰ ਹੈ ਵੀ ਪਹਿਲਾਂ $100 ਦਾ ਨੋਟ ਦਿਖਾਤਾ, ਬਾਅਦ 'ਚ $50 ਵਾਪਸ ਲੈ ਲਏ, ਪਰ ਜਿਹੜੇ ਬਿਜ਼ਨਸਮੈਨ ਨੇ ਉਹ 99% ਪੈਸਾ ਆਪਦੇ ਕੋਲ ਰੱਖਦੇ ਨੇ, ਸਿਰਫ 1% ਹੀ ਸਰਕਾਰ ਨੂੰ ਦਿੰਦੇ ਨੇ। ਜਿਹੜੇ ਹੁਣ ਮੈਂ ਤੁਹਾਨੂੰ 27 ਪ੍ਰੋਫੈਸ਼ਨ ਦੱਸੂੰਗਾ ਜਿਹੜੇ ਕਿ ਅਜੇ ਅਪਡੇਟ ਮੈਂ ਬਾਅਦ 'ਚ ਕਰੂੰਗਾ ਕਿਉਂਕਿ ਟਾਈਮ ਦੀ ਸ਼ੋਰਟੇਜ ਸੀਗੀ। ਜਿਹੜੇ ਸ਼ਹਿਰ 'ਚ ਰਹਿ ਰਹੇ ਜੀ ਉੱਥੋਂ ਦੀ ਕਰੈਗ ਲਿਸਟ ਕੱਢ ਲਓ, CRAIG ਕਰੈਗ ਲਿਸਟ, ਉਹਦੇ 'ਚ ਜੋਬਸ ਦਾ ਫੋਲਡਰ ਖੋਲ੍ਹੋ। ਇਹਨੂੰ ਕੰਸਟਰਕਸ਼ਨ ਟ੍ਰੇਡਸ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਤੁਹਾਨੂੰ ਇੱਕ ਤਾਂ ਸਭ ਤੋਂ ਵੱਡਾ ਬੈਨੀਫਿਟ ਕੀ ਹੈ, ਹਾਲ ਦੀ ਕੜੀ ਤਾਂ ਤੁਹਾਨੂੰ ਮਿਨੀਮਮ ਵੇਜ ਪੇ ਕਰਨਗੇ ਪਰ ਤੁਹਾਨੂੰ ਹਫ਼ਤੇ 'ਚ 5 ਦਿਨ ਆਰਾਮ ਨਾਲ ਕੰਮ ਮਿਲੂਗਾ, 2 ਦਿਨ ਸਟੱਡੀ ਕਰੋ, ਤੁਹਾਡਾ ਟਾਈਮ ਪਾਸ ਹੋਜੂਗਾ ਅਤੇ ਖਰਚਾ ਪੂਰਾ ਹੋਜੂਗਾ। ਜਦੋਂ ਤੁਸੀਂ ਵਰਕ ਪਰਮਿਟ 'ਤੇ ਹੋ ਜਾਓਗੇ, ਜੇ ਤੁਸੀਂ 8 ਘੰਟੇ ਤੋਂ ਵੱਧ ਕੰਮ ਕਰੋਗੇ ਤੁਹਾਨੂੰ 1.5 ਗੁਣਾ ਓਵਰ ਟਾਈਮ ਮਿਲੂਗਾ, ਸੈਚਰ ਸੰਡੇ ਜਾਂ ਛੁੱਟੀ ਵਾਲੇ ਦਿਨ ਕੰਮ ਕਰੋਗੇ ਡਬਲ ਓਵਰ ਟਾਈਮ ਮਿਲੂਗਾ, ਜੇ ਗੋਰਿਆਂ ਨਾਲ ਕੰਮ ਕਰੋਗੇ ਤਾਂ $5,000 ਤੋਂ ਵੱਧ ਹਰ ਮਹੀਨਾ ਤੁਸੀਂ ਕਮਾ ਸਕੋਗੇ, ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਏਗੀ। ਜੇ ਤੁਸੀਂ ਇਹਨਾਂ ਦੀ ਜੋਬ ਡਿਊਟੀਜ਼ ਦੇਖਣੀਆਂ ਹੋਣ ਤਾਂ ਸਿੰਪਲੀ ਕੰਪਿਊਟਰ 'ਤੇ ਬੈਠੋ, ਗੂਗਲ 'ਤੇ ਜਾ ਕੇ ਨੇਚਰ ਆਫ ਡਿਊਟੀਜ਼ ਫੋਰ ਫਰੇਮਰ ਇਨ ਕੈਨੇਡਾ, ਨੇਚਰ ਆਫ ਡਿਊਟੀਜ਼ ਫੋਰ ਕਾਰਪੈਂਟਰ ਇਨ ਕੈਨੇਡਾ, ਇਹ ਟਾਈਪ ਕਰਕੇ ਐਂਟਰ ਕਰ ਲਓਗੇ ਤਾਂ ਤੁਹਾਨੂੰ ਇਹਨਾਂ ਦੀਆਂ ਓਫੀਸ਼ੀਅਲ ਤੌਰ ਦੇ ਉੱਤੇ ਕੀ ਕੀ ਜੋਬ ਡਿਊਟੀਜ਼ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇਗੀ।
ਇਹਦੇ ਕੁਛ ਟ੍ਰੇਡ ਐਸੇ ਹੁੰਦੇ ਨੇ ਜਿਹਦੀ ਤੁਹਾਨੂੰ ਸਰਟੀਫਿਕੇਸ਼ਨ ਹੋਣੀ ਚਾਹੀਦੀ ਹੈ ਅਤੇ ਕੁਛ ਵਿੱਚ ਲੋੜ ਨਹੀਂ ਹੁੰਦੀ। ਇਹਨਾਂ ਵਾਸਤੇ ਜੇ ਟ੍ਰੇਨਿੰਗ ਹੈ ਉਹ 1 ਦਿਨ ਦੀ ਜਾਂ 2 ਦਿਨ ਦੀ, ਮੈਕਸੀਮਮ 3 ਦਿਨ ਦੀ ਹੁੰਦੀ ਹੈ। ਤੁਸੀਂ ਜਿੱਥੇ ਵੀ ਸ਼ਹਿਰ 'ਚ ਜਿਹੜੇ ਰਹਿ ਰਹੇ ਜੀ, ਨੀਅਰੈਸਟ ਲਾਇਬ੍ਰੇਰੀ ਜਾਓ। ਲਾਇਬ੍ਰੇਰੀ ਵਿੱਚ ਕੈਰੀਅਰ ਕਾਊਂਸਲਰ ਹੁੰਦਾ ਹੈ, ਉਹਨੂੰ ਇਹ ਨਾ ਕਹੋ ਮੈਂ ਇੰਟਰਨੈਸ਼ਨਲ ਸਟੂਡੈਂਟ ਹੈ, ਉਹਨੂੰ ਇਹ ਕਹੋ ਕਿ ਮੈਂ ਇੱਥੋਂ ਦਾ ਸਟੂਡੈਂਟ ਹੈ। ਉਹ ਤੁਹਾਨੂੰ ਦੱਸ ਦੇਗਾ ਕਿ ਇਹ ਟ੍ਰੇਨਿੰਗ ਤੁਸੀਂ ਕਿੱਥੋਂ ਲੈ ਸਕਦੇ ਜੀ। ਟ੍ਰੇਨਿੰਗ ਦੇ ਬਹੁਤੇ ਪੈਸੇ ਲੱਗਦੇ ਨਹੀਂ, ਥੋੜ੍ਹੇ ਪੈਸੇ ਲੱਗਦੇ ਨੇ। ਮੈਂ ਦੇਖਿਆ ਕਿ ਬ੍ਰੈਂਪਟਨ ਦੇ ਮੁੰਡੇ ਕੁੜੀਆਂ ਹਾਹਾਕਾਰ ਮਚਾਈ ਜਾਂਦੇ ਨੇ ਕਿ ਸਾਨੂੰ ਨੌਕਰੀ ਨਹੀਂ ਮਿਲਦੀ। ਦੇਖੋ ਪਹਿਲਾਂ ਸਟੂਡੈਂਟ ਦੀ ਗਿਣਤੀ 2.5 ਲੱਖ ਹੁੰਦੀ ਸੀ, ਐਟ ਪ੍ਰੈਜੈਂਟ ਹੈਗੀ 9 ਲੱਖ, ਅਤੇ ਮੈਕਸੀਮਮ ਸਟੂਡੈਂਟ ਬ੍ਰੈਂਪਟਨ ਅਤੇ ਸਰੀ ਸ਼ਹਿਰ 'ਚ ਰਹਿੰਦੇ ਨੇ। ਔਰ ਉੱਥੇ ਉਹਨਾਂ ਨੂੰ ਨੌਕਰੀ ਲੱਭਣ ਦਾ ਤਰੀਕਾ ਪਤਾ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਮੈਂ ਤੁਹਾਨੂੰ 27 ਪ੍ਰੋਫੈਸ਼ਨ ਦੱਸਣ ਜਾ ਰਿਹਾ ਜਿਹੜੇ ਕੰਸਟਰਕਸ਼ਨ ਇੰਡਸਟਰੀ ਨਾਲ ਰਿਲੇਟਡ ਨੇ। ਇਹਦੀ ਸਭ ਤੋਂ ਵੱਡੀ ਤੁਹਾਨੂੰ ਐਡਵਾਂਟੇਜ ਕੀ ਮਿਲਣੀ ਹੈ ਕਿ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਜਾਂ ਕੈਨੇਡਾ 'ਚ ਪੱਕੇ ਹੋਣਾ ਤਾਂ ਇਸ ਕੈਟਾਗਰੀ ਦੇ ਲੋਕਾਂ ਦੀ ਸ਼ੋਰਟੇਜ ਹੈ, ਅਤੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਬਹੁਤ ਆਸਾਨੀ ਨਾਲ ਬਣ ਸਕੋਗੇ। ਚੰਗੀ ਤਨਖਾਹ ਮਿਲੇਗੀ, ਚੰਗੀ ਤਨਖਾਹ ਮਿਲੇਗੀ ਅਤੇ ਚੰਗੇ ਰਿਟਰਨਾਂ ਫਾਈਲ ਕਰੋਗੇ, ਚੰਗਾ ਬੈਂਕ ਲੋਨ ਮਿਲੇਗਾ, ਚੰਗਾ ਵੱਡਾ ਘਰ ਹੋਊਗਾ। ਵੱਡਾ ਘਰ ਹੋਊਗਾ ਤਾਂ ਵੱਡੀ ਕਾਰ ਹੋਊਗੀ, ਅਤੇ ਵੱਡੇ ਘਰ ਦੀ ਲੜਕੀ ਨਾਲ ਲੜਕੇ ਨਾਲ ਵਿਆਹ ਹੋਊਗਾ। ਤੁਹਾਨੂੰ ਇਹਦੇ ਕਾਫੀ ਬੈਨੀਫਿਟ ਨੇ। ਹੁਣ ਮੈਂ ਤੁਹਾਨੂੰ 1 by 1 ਦੱਸੂੰਗਾ। ਨੰਬਰ 1, ਫਰੇਮਿੰਗ ਕਾਰਪੈਂਟਰ, ਅਪ੍ਰੈਂਟਿਸ ਕਾਰਪੈਂਟਰ। ਦੇਖੋ ਜੇ ਤੁਸੀਂ ਸਿੱਧੇ ਤੌਰ 'ਤੇ ਕਾਰਪੈਂਟਰ ਨਹੀਂ ਲੱਗ ਸਕਦੇ, ਤੁਸੀਂ ਐਜ਼ ਏ ਟ੍ਰੇਨਿੰਗ ਕਾਰਪੈਂਟਰ ਜਾਂ ਅਪ੍ਰੈਂਟਿਸ ਕਾਰਪੈਂਟਰ ਦੇ ਤੌਰ 'ਤੇ ਕੰਮ ਕਰ ਸਕਦੇ ਜੀ। ਇਹਨਾਂ ਦੀ ਟ੍ਰੇਨਿੰਗ ਤੁਹਾਨੂੰ ਗੂਗਲ ਕਰੋ, BCIT ਤੋਂ ਬ੍ਰਿਟਿਸ਼ ਕੋਲੰਬੀਆ 'ਚ ਮਿਲਦੀ ਹੈ। ਇੰਜ ਹੀ ਵੱਖਰੀਆਂ ਵੱਖਰੀਆਂ ਸਟੇਟਾਂ 'ਚ ਇੱਕ ਇੱਕ ਟੈਕਨੀਕਲ ਯੂਨੀਵਰਸਿਟੀ ਹੁੰਦੀ ਹੈ, ਉੱਥੋਂ ਤੁਹਾਨੂੰ ਟ੍ਰੇਨਿੰਗ ਮਿਲ ਸਕਦੀ ਹੈ। ਅਤੇ ਇਹਦੀ ਟ੍ਰੇਨਿੰਗ ਇੰਜ ਵੀ ਨਹੀਂ ਹੁੰਦੀ ਕਿ ਤੁਸੀਂ ਆਪਦੀ ਸਟੱਡੀ ਛੱਡ ਕੇ ਇਹਦੀ ਪੜ੍ਹਾਈ ਕਰੋ। ਇਹਦੀਆਂ ਕਲਾਸਾਂ ਸ਼ਾਮੀ 6 ਤੋਂ 9, ਹਫ਼ਤੇ 2 ਦਿਨ ਜਾਂ ਸੈਚਰਡੇ ਸੰਡੇ ਵੀ ਲੱਗਦੀਆਂ ਨੇ। ਨੰਬਰ 2, ਸਟੀਲ ਸਟੱਡ ਫਰੇਮਰਸ। ਜਿਹੜੀਆਂ ਵੀ ਉੱਚੀਆਂ ਇਮਾਰਤਾਂ ਹੁੰਦੀਆਂ ਨੇ 6 ਮੰਜ਼ਿਲ ਤੋਂ ਉੱਪਰ, ਜਿਹੜੀਆਂ ਕੰਕਰੀਟ ਦੀਆਂ ਬਣੀਆਂ ਨੇ, ਉਹਦੇ 'ਚ ਕਮਰੇ ਕ੍ਰੀਏਟ ਕਰਨ ਦੇ ਵਾਸਤੇ ਸਟੀਲ ਸਟੱਡ ਦੀ ਫਰੇਮਿੰਗ ਕੀਤੀ ਹੁੰਦੀ ਹੈ, ਅਤੇ ਲੱਕੜ ਦੇ ਘਰਾਂ 'ਚ ਵੁਡਨ ਫਰੇਮਿੰਗ ਕੀਤੀ ਹੁੰਦੀ ਹੈ। ਇਹਨਾਂ ਦੀ ਸਖਤ ਸ਼ੋਰਟੇਜ ਹੈ, ਕੰਮ ਠੇਕੇ 'ਤੇ ਮਿਲਦਾ ਹੈ, ਚੰਗੀ ਤਨਖਾਹ ਮਿਲਦੀ ਹੈ ਅਤੇ ਕੰਮ ਸਾਫ਼ ਸੁਥਰਾ ਹੈ। ਨੰਬਰ 3, ਕਾਰਪੈਂਟਰ। ਨੰਬਰ 4, ਪਲੰਬਰ ਜਰਨੀਮੈਨ ਜਾਂ ਪਲੰਬਰ ਅਪ੍ਰੈਂਟਿਸ। ਨੰਬਰ 5, ਟਾਇਲ ਇੰਸਟਾਲਰ। ਦੇਖੋ ਜਿਹਨੇ ਵੀ ਨਵੇਂ ਘਰ ਬਣ ਰਹੇ ਨੇ, ਸਾਰਿਆਂ ਦੇ ਬਾਥਰੂਮ 'ਚ ਅਤੇ ਕਿਚਨ ਦੇ ਵਿੱਚ ਟਾਇਲ ਵਰਕ ਕੀਤਾ ਜਾਂਦਾ ਹੈ। ਜਿਵੇਂ ਭਾਰਤ ਵਿੱਚ ਆਪਾਂ ਟਾਈਲਾਂ ਲਾਉਂਦੇ ਸੀ ਬਾਥਰੂਮਾਂ ਦੇ ਵਿਚਕਾਰ, ਇੱਥੇ ਟਾਈਲਾਂ ਲਾਈਆਂ ਜਾਂਦੀਆਂ ਨੇ। ਟਾਈਲਾਂ ਲਾਉਣ ਦੀ ਫ੍ਰੀ ਵਿੱਚ ਟ੍ਰੇਨਿੰਗ ਤੁਹਾਨੂੰ ਹੋਮ ਡਿਪੋ ਤੋਂ ਛੁੱਟੀ ਵਾਲੇ ਦਿਨ ਮਿਲ ਸਕਦੀ ਹੈ। ਨੰਬਰ 6, ਹੀਟਿੰਗ ਟੈਕਨੀਸ਼ੀਅਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਇੱਕ ਕੋਲਡ ਕੰਟਰੀ ਹੈ, ਸਰਦੀਆਂ ਦੇ ਵਿੱਚ ਘਰ ਨੂੰ ਗਰਮ ਰੱਖਣ ਵਾਸਤੇ ਹੀਟਿੰਗ ਫਰਨੈਸ ਚੱਲਦੀ ਹੈ, ਅਤੇ ਉਹਨੂੰ ਇੰਸਟਾਲ ਕਰਨ ਵਾਸਤੇ, ਉਹਦੀ ਮੇਨਟੇਨੈਂਸ ਕਰਨ ਵਾਸਤੇ, ਉਹਦਾ ਫਿਲਟਰ ਬਦਲਣ ਦੇ ਵਾਸਤੇ ਹੀਟਿੰਗ ਟੈਕਨੀਸ਼ੀਅਨ ਹੁੰਦੇ ਨੇ। ਨੰਬਰ 7, ਡਰਾਈਵਾਲ ਟੇਪਿੰਗ ਸਕਰੂਜ਼। ਦੇਖੋ ਇਹ 2 ਕੈਟਾਗਰੀਆਂ ਹੁੰਦੀਆਂ ਨੇ, ਇੱਕ ਤਾਂ ਉਹ ਲੋਕ ਨੇ ਜਿਹੜੇ ਡਰਾਈਵਾਲ ਸਿਰਫ ਲਾਉਂਦੇ ਨੇ, ਇੱਕ ਉਹ ਕਰਿਊ ਹੁੰਦੇ ਨੇ ਜਿੱਥੇ ਡਰਾਈਵਾਲ ਦਾ ਜੁਆਇੰਟ ਹੁੰਦਾ ਹੈ, ਉਹਦੇ ਉੱਤੇ ਇੱਕ ਪੇਪਰ ਲਾਇਆ ਜਾਂਦਾ ਹੈ ਵਿਦ ਅਡਹੈਸਿਵ। ਸੋ ਇਹ ਦੋਨੋਂ ਕੈਟਾਗਰੀਆਂ ਵੱਖਰੀਆਂ ਵੱਖਰੀਆਂ ਨੇ। ਨੰਬਰ 8, ਕੰਸਟਰਕਸ਼ਨ ਹੋਸਟ ਓਪਰੇਟਰ। ਦੇਖੋ ਜਿਹੜੀ ਉੱਚੀਆਂ ਉੱਚੀਆਂ ਇਮਾਰਤਾਂ ਬਣਦੀਆਂ ਨੇ, ਉਹਦੇ ਜਿਹੜੀ ਲਿਫਟ ਚੱਲਦੀ ਹੈ, ਕੰਸਟਰਕਸ਼ਨ ਦਾ ਸਮਾਨ ਉਹਦੇ ਰਾਹੀਂ 1 ਮੰਜ਼ਿਲ ਤੋਂ ਲੈ ਕੇ 2 ਮੰਜ਼ਿਲ ਤੱਕ ਲਿਜਾਇਆ ਜਾਂਦਾ, ਜਿਹੜੀਆਂ ਕਿ ਅਕਸਰ ਤੁਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਬਾਹਰ ਚੱਲਦੀਆਂ ਦੇਖੋਗੇ। ਜੇ ਮੋਸਟਲੀ ਕੰਮ ਇਹ ਮੁੰਡੇ ਹੀ ਕਰਦੇ ਨੇ, ਕਿਉਂਕਿ ਉਹਦੇ 'ਚ ਕਈ ਵਾਰ ਤੁਹਾਨੂੰ ਮਟੀਰੀਅਲ ਚੱਕਣ 'ਚ, ਲੋਡ ਕਰਨ 'ਚ, ਅਨਲੋਡ ਕਰਨ 'ਚ ਹੈਲਪ ਕਰਨੀ ਪੈਂਦੀ ਹੈ। ਪਰ ਜਿਹੜੀਆਂ ਅੰਦਰ ਲਿਫਟ ਹੁੰਦੀ ਹੈ, ਜਿਹਨੂੰ ਕੈਨੇਡਾ 'ਚ ਆਪਾਂ ਐਲੀਵੇਟਰ ਓਪਰੇਟਰ ਕਹਿੰਦੇ ਹਾਂ, ਉਹ ਕੰਮ ਲੜਕੀਆਂ ਵੀ ਕਰ ਸਕਦੀਆਂ ਨੇ। ਔਰ ਇਹਦੀ ਟ੍ਰੇਨਿੰਗ ਲੈਣ ਵਾਸਤੇ ਤੁਸੀਂ ਗੂਗਲ ਕਰੋ ਹੋਸਟ ਓਪਰੇਟਰ ਟ੍ਰੇਨਿੰਗ
या एलीवेटर ऑपरेटर ट्रेनिंग, वो तुहानू फ्री दे विचकार ट्रेनिंग देणगे, उन्हां दा तुहाडे कोल फोन नंबर होगा, उही तुहानू जॉब ते भेजणगे, उही तुहानू तनखाह देणगे, काम जिथे मर्जी करना होए। नंबर 9, कंस्ट्रक्शन क्रेन ऑपरेटर्स। देखो अक्सर तुसीं देखोगे कि वड्डियां वड्डियां बिल्डिंगां ते उत्ते जिहड़ियां 60-60-70 मंजिली इमारतां ने, उहदे ते बंदे चुक के समान उपर नहीं लिजा सकदे, ਉਹ ਕੰਮ ਕਰੇਨ ਦੇ ਰਾਹੀਂ ਕੀਤਾ ਜਾਂਦਾ ਹੈ। ਉਹ ਕਰੇਨ ਨੂੰ ਓਪਰੇਟ ਕਰਨ ਦੇ ਵਾਸਤੇ ਬੰਦਾ ਉੱਪਰ ਅੱਜ ਕੱਲ੍ਹ ਨਹੀਂ ਜਾਂਦਾ, ਥੱਲੇ ਉਹਦੀ ਚੈਸਟ 'ਤੇ ਬੈਲਟ ਲੱਗੀ ਹੁੰਦੀ ਹੈ, ਉਹ ਰਿਮੋਟ ਕੰਟਰੋਲ ਦੇ ਨਾਲ ਓਪਰੇਟ ਹੁੰਦੀ ਹੈ। ਅਤੇ ਜੇਕਰ ਤੁਸੀਂ ਇਹਦੀ ਟ੍ਰੇਨਿੰਗ ਲੈ ਲਵੋ ਤਾਂ ਉਹਨੂੰ ਚੰਗੀ ਤਨਖਾਹ ਮਿਲਦੀ ਹੈ। ਨੰਬਰ 10, ਹੈਵੀ ਮਸ਼ੀਨਰੀ ਓਪਰੇਟਰਸ, ਜਿਵੇਂ JCB ਹੈ, ਬਲਡੋਜ਼ਰ ਹੈ, ਗਰਾਊਂਡ ਲੈਵਲਰ ਨੇ, ਇਹੋ ਜਿਹੀਆਂ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਕਾਫੀ ਐਕਸਪੈਂਸਿਵ ਹੁੰਦੀਆਂ ਨੇ। ਇਹਦੀ ਟ੍ਰੇਨਿੰਗ ਸਪੈਸ਼ਲੀ ਓਨਟਾਰੀਓ 'ਚ ਹੁੰਦੀ ਹੈ। ਜੇਕਰ ਤੁਸੀਂ ਓਨਟਾਰੀਓ 'ਚ ਜੇ ਜਾਂ ਐਡਮੰਟਨ 'ਚ ਜੇ, ਤੁਸੀਂ ਉੱਥੋਂ ਇਹ ਟ੍ਰੇਨਿੰਗ ਲੈ ਸਕਦੇ ਜੀ। ਟ੍ਰੇਨਿੰਗ ਦੀ ਵੱਧ ਤੋਂ ਵੱਧ ਫੀਸ $5,000 ਕੈਨੇਡੀਅਨ ਹੁੰਦੀ ਹੈ, ਪਰ ਉਹਦੀ ਤਨਖਾਹ $35 ਤੋਂ ਲੈ ਕੇ $45 ਪਰ ਆਵਰ ਹੁੰਦੀ ਹੈ, ਅਤੇ ਨਾ ਨੌਕਰੀ ਦੀ ਸ਼ੋਰਟੇਜ ਹੁੰਦੀ ਹੈ। ਨੰਬਰ 11, ਕਿਚਨ ਕੈਬਨਿਟ ਇੰਸਟਾਲਰ, ਇਹ ਕਾਰਪੈਂਟਰੀ ਕੈਟਾਗਰੀ 'ਚ ਆਉਂਦਾ ਹੈ। ਇਹ ਕੰਮ ਲੜਕੀਆਂ ਵੀ ਕਰਦੀਆਂ ਨੇ। ਨੰਬਰ 12, ਰੀਬਾਰ ਵਰਕਰਸ, ਇਹ ਉਹ ਵਰਕਰ ਨੇ ਜਿਹੜੇ ਸਰੀਆ ਮੋੜਨ ਅਤੇ ਉਹਨੂੰ ਜੋੜਨ ਦਾ ਕੰਮ ਕਰਦੇ ਨੇ, ਔਰ ਕੈਨੇਡਾ ਦੇ ਵਿਚਕਾਰ ਇਹ ਕੰਮ ਮੋਸਟਲੀ ਵੇਅਰ ਹਾਊਸ ਦੇ ਕੀਤਾ ਜਾਂਦਾ ਹੈ। ਆਰਕੀਟੈਕਟ ਤੋਂ ਦਿੱਤੀ ਡਰਾਇੰਗ ਮੁਤਾਬਕ ਮਸ਼ੀਨਾਂ ਦੇ ਨਾਲ ਸਰੀਆ ਵੱਢਿਆ ਜਾਂਦਾ ਹੈ, ਮੋੜਿਆ ਜਾਂਦਾ ਹੈ, ਉੱਥੇ ਹੀ ਉਹਨੂੰ ਤਾਰ ਦੇ ਨਾਲ ਜੋੜਿਆ ਜਾਂਦਾ ਹੈ। ਸਿਰਫ ਜਿੱਦਣ ਉਹ ਛੱਤ ਪੈਣੀ ਹੁੰਦੀ ਹੈ, ਉਦੋਂ ਉਹ ਵਰਕਰ ਸਾਈਡ 'ਤੇ ਆ ਕੇ ਕਰੇਨ ਦੇ ਨਾਲ ਇਹ ਸਮਾਨ ਉੱਪਰ ਲੈ ਕੇ ਜਾਇਆ ਜਾਂਦਾ ਹੈ, ਫਿਰ ਇਹਨੂੰ ਇੰਸਟਾਲ ਕੀਤਾ ਜਾਂਦਾ ਹੈ। ਪਰ ਇਹ ਉਹੀ ਬੰਦੇ ਕਰ ਸਕਦੇ ਨੇ ਜਿਹੜੇ ਫਿਜ਼ੀਕਲੀ ਸਟਰੋਂਗ ਨੇ, ਅਤੇ ਇਹ ਕੰਮ ਮੋਸਟਲੀ ਕਾਲੇ ਕਰਦੇ ਨੇ। ਨੰਬਰ 13, ਕਾਰਪੈਂਟਰੀ ਲੇਬਰ। ਨੰਬਰ 14, ਪੇਂਟਿੰਗ ਵਰਕਰ, ਪੇਂਟਰ। ਗਰਲਸ ਆਰ ਵਨ ਆਫ ਦੀ ਬੈਸਟ। ਦੇਖੋ ਕੀ ਹੁੰਦਾ ਹੈ ਕਿ ਜਦ ਆਪਾਂ ਘਰਾਂ ਵਿੱਚ ਜਾਂ ਕਿਤੇ ਵੀ ਪੇਂਟਿੰਗ ਦਾ ਕੰਮ ਕਰਦੇ ਹਾਂ, ਤੁਹਾਨੂੰ ਪੀਸ ਆਫ ਮਾਈਂਡ ਚਾਹੀਦਾ ਹੈ ਵੀ ਇਹਦੇ 'ਚ ਉਹ ਬੰਦੇ ਜਿਹੜੇ ਬਹੁਤ ਤੇਜ਼ ਹੁੰਦੇ ਨੇ ਉਹ ਪੇਂਟਿੰਗ ਦਾ ਕੰਮ ਨਹੀਂ ਕਰ ਸਕਦੇ, ਕਿਉਂਕਿ ਦੀਵਾਰ 'ਤੇ ਕੀਤਾ ਗਿਆ ਪੇਂਟ ਥੱਲੇ ਜਿਹੜਾ ਤੁਹਾਡਾ ਗਾਰਡ ਹੈ ਜਾਂ ਥੱਲੇ ਫਲੋਰਿੰਗ ਹੈ ਉਹਨੂੰ ਪੇਂਟ ਲੱਗ ਜਾਂਦਾ ਹੈ। ਸੋ ਇਹਦੀ ਤਨਖਾਹ ਚੰਗੀ ਹੁੰਦੀ ਹੈ, ਸਟਾਰਟਿੰਗ ਤੁਹਾਨੂੰ $16.70 ਬ੍ਰਿਟਿਸ਼ ਕੋਲੰਬੀਆ 'ਚ ਮਿਲਣਗੇ। ਸੋ ਇੱਕ ਲਿਸਟ ਆਫ ਕੰਸਟਰਕਸ਼ਨ ਪੇਂਟਿੰਗ ਕੰਟਰੈਕਟਰ ਜੇ ਤੁਸੀਂ ਗੂਗਲ 'ਤੇ ਕੱਢੋਗੇ, ਉਹਨਾਂ ਦੇ ਫੋਨ ਨੰਬਰ ਆ ਜਾਣਗੇ, ਤੁਸੀਂ ਫੋਨ ਕਰ ਲਓ, ਜੇ ਉਹਨਾਂ ਨੂੰ ਲੋੜ ਹੈ ਉਹਨਾਂ ਨਾਲ ਤੁਸੀਂ ਕੰਮ ਕਰ ਸਕਦੇ ਜੀ। 2 ਸਾਲ ਕੰਮ ਕਰੋ, ਸਿੱਖ ਲਵੋ, ਫਿਰ ਆਪਦਾ ਕਾਰੋਬਾਰ ਚਾਲੂ ਕਰ ਦਿਓ। ਕੰਮ ਚਾਲੂ ਕਰਨ ਵਾਸਤੇ ਇੱਥੇ ਪੈਸੇ ਦੀ ਲੋੜ ਨਹੀਂ ਹੁੰਦੀ, ਸਿਰਫ ਦਿਮਾਗ ਦੀ ਲੋੜ ਹੁੰਦੀ ਹੈ। ਨੰਬਰ 15, ਡਰਾਈਵਾਲ ਇੰਸਟਾਲਰਸ। 16, ਟ੍ਰੈਫਿਕ ਕੰਟਰੋਲ ਪਰਸਨਸ, ਜਾਂ ਇਹਨੂੰ ਫਲੈਗਰ ਵੀ ਕੈਨੇਡਾ ਵਿੱਚ ਕਿਹਾ ਜਾਂਦਾ ਹੈ। ਦੇਖੋ ਤੁਸੀਂ ਅਕਸਰ ਦੇਖਿਆ ਹੋਣਾ ਹੈ ਕਿ ਜਿੱਥੇ ਵੀ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਉੱਥੇ ਕੁਛ ਲੇਡੀਜ਼ ਜਾਂ ਜੈਂਟਸ ਹੱਥ 'ਚ ਸਲੋ ਜਾਂ ਸਟੋਪ ਸਾਈਨ ਦਾ ਇੱਕ ਬਿੱਲ ਬੋਰਡ ਜਾਂ ਹੱਥ ਲੈ ਕੇ ਖੜ੍ਹੇ ਹੁੰਦੇ ਨੇ। ਉਹਨਾਂ ਦੀ ਤਨਖਾਹ $22 ਤੋਂ ਲੈ ਕੇ $25 ਪ੍ਰਤੀ ਘੰਟਾ ਹੁੰਦੀ ਹੈ। ਮੈਂ ਤੁਹਾਡੀ ਗੱਲ ਮੰਨਦਾ, ਥੋੜ੍ਹਾ ਕੰਮ ਡਿਫੀਕਲਟ ਹੈ, ਕਈ ਵਾਰ ਵੈਦਰ ਖਰਾਬ ਹੁੰਦਾ, ਬਾਹਰ ਖੜ੍ਹ ਕੇ ਕਰਨਾ ਪੈਂਦਾ, ਪਰ ਜੇਕਰ ਤੁਹਾਨੂੰ ਜੋਬ ਨਹੀਂ ਮਿਲਦੀ, ਭੁੱਖੇ ਮਰ ਰਹੇ ਜੀ, ਉਹਦੇ ਨਾਲੋਂ ਤਾਂ ਉਹ ਆਪ ਹੀ ਟ੍ਰੇਨਿੰਗ ਦਿੰਦੇ ਨੇ, ਆਪ ਹੀ ਨੌਕਰੀ ਦਿੰਦੇ ਨੇ, ਤੁਸੀਂ ਉਹਨਾਂ ਕੋਲ ਜਾ ਸਕਦੇ ਜੀ। ਨੰਬਰ 17, ਕੰਕਰੀਟ ਫਿਨਿਸ਼ਰਸ। ਇਹਦੇ 'ਚ ਘਰਾਂ ਦੇ ਅੱਗੇ ਡਰਾਈਵੇ, ਜਿਹੜੀਆਂ ਬਿਲਡਿੰਗਾਂ ਨੇ ਉਹਨਾਂ 'ਚ ਫਲੋਰਿੰਗ, ਫੇਰ ਸਟੇਅਰਸ, ਉਹ ਸਾਰਾ ਕੰਮ ਜਿਹੜੇ ਕੰਕਰੀਟ ਫਿਨਿਸ਼ਰ ਕਰਦੇ ਨੇ। ਨੰਬਰ 18, ਲੈਂਡਸਕੇਪ ਮੇਨਟੇਨੈਂਸ ਵਰਕਰਸ। ਤੁਸੀਂ ਦੇਖਿਆ ਹੋਣਾ ਕਿ ਹਰ ਸ਼ਹਿਰ 'ਚ ਕਾਫੀ ਪਾਰਕ ਨੇ, ਜਿੰਨੀਆਂ ਵੀ ਉੱਚੀਆਂ ਇਮਾਰਤਾਂ ਨੇ ਉਹਨਾਂ ਦੀ ਛੱਤ ਦੇ ਉੱਤੇ ਪਾਰਕ ਬਣਾਏ ਹੋਏ ਨੇ, ਉਹਨਾਂ ਦੇ ਗਰਾਊਂਡ ਫਲੋਰ ਦੇ ਉੱਤੇ ਫਲਾਵਰ ਲਾਏ ਹੋਏ ਨੇ, ਅਤੇ ਗਾਰਡਨਿੰਗ ਦਾ ਕੰਮ ਹੁੰਦਾ ਹੈ, ਇਹ ਲੈਂਡਸਕੇਪ ਵਰਕਰ ਉਹਨਾਂ ਨੂੰ ਕਿਹਾ ਜਾਂਦਾ ਹੈ। ਨੰਬਰ 19, ਮਿਲ ਰਾਈਟ ਵਰਕਰ, ਉਹ ਹੁੰਦਾ ਹੈ
ਜੇ ਜਿਵੇਂ ਭਾਰਤ ਵਿੱਚ ਮਿਸਤਰੀ ਹੁੰਦੇ ਨੇ, ਜਿਵੇਂ ਕੋਈ ਵੀ ਫੈਕਟਰੀ ਹੈ ਉਹਦੇ ਕੋਈ ਮਕੈਨੀਕਲ ਕੰਮ ਦੀ ਪ੍ਰੋਬਲਮ ਹੈ ਤਾਂ ਉੱਥੇ ਉਹ ਰਿਪੇਅਰ ਕੀਤੀ ਜਾਂਦੀ ਹੈ। ਕੈਨੇਡਾ ਦੇ ਵਿਚਕਾਰ ਮਿਲ ਰਾਈਟ ਹੁੰਦਾ ਹੈ ਜਿਹੜਾ ਕਿ ਉਹਨੂੰ ਥੋੜ੍ਹਾ ਬਹੁਤ ਸਿਵਲ ਦਾ ਕੰਮ ਵੀ ਆਉਂਦਾ ਹੈ, ਮਕੈਨੀਕਲ ਦਾ ਕੰਮ ਵੀ ਆਉਂਦਾ ਹੈ, ਇਲੈਕਟ੍ਰੀਕਲ ਦਾ ਵੀ ਆਉਂਦਾ ਹੈ, ਉਹ ਸਾਰਿਆਂ ਦੇ ਕੰਮਾਂ ਦੀ ਮੇਨਟੇਨੈਂਸ ਕਰਦਾ ਹੈ। ਨੰਬਰ 20 ਕੰਸਟਰਕਸ਼ਨ ਲੇਬਰ ਲੇਬਰ ਦੇਖੋ, ਕੰਸਟਰਕਸ਼ਨ ਦੇ ਕੰਮ 'ਚ ਕਾਫੀ ਟਾਈਪ ਦੇ ਲੇਬਰਾਂ ਦੀ ਲੋੜ ਪੈਂਦੀ ਹੈ। ਜੇਕਰ ਤੁਸੀਂ ਫਾਰਮਿੰਗ ਕਮਿਊਨਿਟੀ ਨੂੰ, ਇੰਡੀਆ ਨੂੰ ਬਿਲੋਂਗ ਕਰਦੇ ਜੀ ਅਤੇ ਤੁਸੀਂ ਫਿਜ਼ੀਕਲ ਕੰਮ ਕਰ ਸਕਦੇ ਜੀ ਤਾਂ ਇਹ ਤੁਹਾਨੂੰ ਜੋਬ ਮਿਲ ਸਕਦੀ ਹੈ। ਜਾਂ ਤੁਸੀਂ ਦੂਜੇ ਲੋਕਾਂ ਨਾਲ ਕੰਮ ਕਰੋਗੇ, ਤੁਹਾਡਾ ਇੰਟਰੈਕਸ਼ਨ ਹੋਊਗਾ, ਤੁਹਾਨੂੰ ਆਪਣੇ ਆਪ ਹੀ ਉਹ ਜਾਣਕਾਰੀ ਦੇ ਦੇਣਗੇ ਕਿ ਕਿਹੜਾ ਫੀਲਡ ਚੰਗਾ ਹੈ, ਕਿਹੜਾ ਮਾੜਾ ਹੈ। ਫਿਰ ਹੈਗਾ ਨੰਬਰ 21 ਅਪ੍ਰੈਂਟਿਸ ਕੰਸਟਰਕਸ਼ਨ ਇਲੈਕਟ੍ਰੀਸ਼ੀਅਨ, ਜਿਹਦੇ ਵਾਸਤੇ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੈ। ਤੁਸੀਂ ਕੋਈ ਗੂਗਲ ਕਰੋ ਲਿਸਟ ਆਫ ਇਲੈਕਟ੍ਰੀਕਲ ਕੰਟਰੈਕਟਰਸ ਜਿਹੜੇ ਸ਼ਹਿਰ 'ਚ ਰਹਿ ਰਹੇ ਜੀ, ਉਹਨਾਂ ਨੂੰ ਫੋਨ ਕਰਕੇ ਪੁੱਛ ਲਓ, ਤੁਹਾਨੂੰ ਮਿਨੀਮਮ ਵੇਜ ਤਾਂ ਉਹ ਆਰਾਮ ਨਾਲ ਦੇ ਦੇਗਾ। ਨੰਬਰ 22 ਹੋਇਸਟ ਓਪਰੇਟਰਸ, ਲਿਫਟ ਓਪਰੇਟਰ ਸੂਟੇਬਲ ਫੋਰ ਮੇਲਸ ਔਰ ਫੀਮੇਲਸ। ਦੇਖੋ ਜਦ ਕੋਈ ਵੀ ਬਿਲਡਿੰਗ ਦੀ ਬਾਹਰਲਾ ਕੰਮ ਹੋ ਜਾਂਦਾ ਹੈ ਤਾਂ ਅੰਦਰੋਂ ਐਲੀਵੇਟਰ ਕਿਹਾ ਜਾਂਦਾ ਕੈਨੇਡਾ 'ਚ, ਉਹਨਾਂ ਨੂੰ ਚਾਲੂ ਕੀਤਾ ਜਾਂਦਾ ਹੈ ਜਿਹਦੇ 'ਚ ਸਮਾਨ ਸਮੂਹ ਬਹੁਤਾ ਨਹੀਂ ਢੋਇਆ ਜਾ ਸਕਦਾ, ਉਹ ਕੁੜੀਆਂ ਵੀ ਓਪਰੇਟ ਕਰ ਸਕਦੀਆਂ ਨੇ ਅਤੇ ਉਹ ਤੁਹਾਨੂੰ ਚੰਗੀ ਤਨਖਾਹ ਮਿਲ ਸਕਦੀ ਹੈ। ਔਰ ਬਲਾਇੰਡਸ ਇੰਸਟਾਲਰ, ਇਹ ਦੇਖੋ ਇੰਡੀਆ 'ਚ ਤਾਂ ਆਪਾਂ ਪਰਦੇ ਲਾਉਂਦੇ ਸੀ ਖਿੜਕੀਆਂ 'ਚ ਦਰਵਾਜ਼ਿਆਂ 'ਚ, ਕੈਨੇਡਾ ਦੇ ਵਿਚਕਾਰ ਬਲਾਇੰਡ ਲਾਏ ਜਾਂਦੇ ਨੇ ਜਿਹਨੂੰ ਤੁਸੀਂ ਘੁਮਾਓ ਅਤੇ ਜਿੰਨਾ ਕੁ ਤੁਸੀਂ ਲਾਈਟ ਚਾਹੁੰਦੇ ਜੀ ਉਨੀ ਕੁ ਲਾਈਟ ਲੈ ਸਕਦੇ ਜੀ। ਫਿਰ ਹੈਗਾ 24 ਸ਼ਾਵਰ ਡੋਰ ਇੰਸਟਾਲਰਸ, ਬੜਾ ਵਧੀਆ ਕੰਮ ਹੈ, ਸਟੂਡੈਂਟਸ ਵਾਸਤੇ ਬਹੁਤ ਸੂਟੇਬਲ ਹੈ। ਦੇਖੋ ਕੈਨੇਡਾ ਦੇ ਵਿਚਕਾਰ ਤੁਸੀਂ ਦੇਖਿਆ ਹੋਣਾ ਕਿਸੇ ਦੇ ਹਰ ਇੱਕ ਦੇ ਘਰ 'ਚ ਬਾਥਿੰਗ ਟੱਬ ਹੈ, ਉਹਦੇ ਉੱਪਰ ਜਾਂ ਤਾਂ ਪਲਾਸਟਿਕ ਦਾ ਕਰਟਨ ਹੁੰਦਾ ਜਾਂ ਉਹਦੇ ਉੱਤੇ ਪਹਿਲਾਂ ਪਲਾਸਟਿਕ ਦੇ ਕਰਟਨ ਹੁੰਦੇ ਸੀ ਪਰ ਅੱਜ ਕੱਲ੍ਹ ਕੀ ਹੈ ਕਿ ਉਹਦੇ ਸਲਾਈਡਿੰਗ ਗਲਾਸ ਡੋਰ ਲੱਗਦਾ, ਉਹ ਕੁਝ ਕੰਪਨੀਆਂ ਬਣਾਉਂਦੀਆਂ ਨੇ, ਤੁਸੀਂ ਠੇਕੇ 'ਤੇ ਕੰਮ ਲੈ ਸਕਦੇ ਜੀ। ਉਹੀ ਤੁਹਾਨੂੰ ਐਡਰੈਸ ਦੇਣਗੇ ਕਿ ਕਿਹੜੀ ਲੋਕੇਸ਼ਨ 'ਤੇ ਜਾਣਾ ਹੈ, ਪਰ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ। ਤੁਸੀਂ ਆਪਦੇ ਟੂਲ ਅਤੇ ਉੱਥੋਂ ਸਮਾਨ ਲੈ ਕੇ ਜਾ ਕੇ ਉਹਦਾ ਇੰਸਟਾਲ ਕਰ ਦਿਓ ਅਤੇ ਉਹਦੇ ਕੋਲ ਰਸੀਦ ਲਿਆ ਕੇ ਦੇ ਦਿਓ ਅਤੇ ਤੁਹਾਨੂੰ ਉਹਦੇ ਪਰ ਇੰਸਟਾਲੇਸ਼ਨ ਬੇਸ 'ਤੇ ਪੇਮੈਂਟ ਹੋ ਜਾਏਗੀ। ਤੁਸੀਂ ਆਪਦੇ ਟਾਈਮ 'ਚ ਜਾ ਸਕਦੇ ਜੀ, ਛੁੱਟੀ ਵਾਲੇ ਦਿਨ ਜਾ ਸਕਦੇ ਜੀ, ਪੜ੍ਹਾਈ ਵੀ ਕਰ ਸਕਦੇ ਜੀ। ਨੰਬਰ 25 ਕਲੈਡਿੰਗ ਕਰਿਊਜ਼, ਦੇਖੋ ਹਰ ਘਰ ਜਿੰਨੇ ਵੀ ਲੱਕੜ ਦੇ ਬਣੇ ਹੋਏ ਨੇ ਇਹਨਾਂ ਦੇ ਬਾਹਰਲੇ ਪਾਸੇ ਤੁਸੀਂ ਪਲਾਸਟਿਕ ਦੀਆਂ ਫੱਟੀਆਂ ਲੱਗੀਆਂ ਦੇਖੀਆਂ ਹੋਣਗੀਆਂ ਜਾਂ ਲੱਕੜ ਦੇ ਸਕੇਅਰ ਪਲੇਟਾਂ ਲੱਗੀਆਂ ਦੇਖੀਆਂ ਹੋਣਗੀਆਂ, ਉਹਨੂੰ ਕਲੈਡਿੰਗ ਕਰਿਊ ਕਹਿੰਦੇ ਨੇ। ਇਹ ਕੰਮ ਕੁੜੀਆਂ ਵੀ ਕਰ ਸਕਦੀਆਂ, ਮੁੰਡੇ ਵੀ ਕਰ ਸਕਦੇ ਨੇ। ਗਲਾਸ ਨੰਬਰ 26 ਗਲਾਸ ਇੰਸੂਲੇਸ਼ਨ ਇੰਸਟਾਲਰਸ, ਫਿਰ 27 ਫੈਬਰੀਕੇਟਰ ਐਂਡ ਇੰਸਟਾਲਰਸ। ਇਹ ਕੁਛ ਹੀ ਕੈਟਾਗਰੀਆਂ ਨੇ ਜਿਹੜੀਆਂ ਮੈਂ ਕਵਰ ਕੀਤੀਆਂ ਨੇ, ਇਹ ਸਾਰੀਆਂ ਕੰਸਟਰਕਸ਼ਨ ਟ੍ਰੇਡ ਦੇ ਨਾਲ ਰਿਲੇਟਡ ਨੇ। ਨੌਕਰੀ ਲੱਭਣੀ ਕੋਈ ਔਖੀ ਨਹੀਂ, ਤੁਸੀਂ ਉਹ ਜਿਹੜੇ ਵੀ ਸ਼ਹਿਰ 'ਚ ਰਹਿ ਰਹੇ ਜੀ ਉੱਥੋਂ ਦੀ ਕ੍ਰੈਗਲਿਸਟ ਜਾਂ ਜਿਹੜੇ ਵੀ ਸ਼ਹਿਰ 'ਚ ਰਹਿ ਰਹੇ ਉਹਦੀ ਕਜੀਜੀ ਜਾਂ ਲਿਸਟ ਆਫ ਬਿਲਡਰਸ ਕੰਪਿਊਟਰ 'ਤੇ ਬਹਿ ਕੇ ਕੱਢ ਲਓ, ਫੋਨ ਕਰ ਲਓ। 2 ਦਿਨ ਤੋਂ ਵੱਧ ਲੱਗਦੇ ਨਹੀਂ ਜੋਬ ਲੱਭਦਿਆਂ ਹੋਇਆ, ਚੰਗੀ ਤਨਖਾਹ ਮਿਲੂਗੀ ਔਰ ਬਾਅਦ 'ਚ ਤੁਸੀਂ ਇਹ ਕਾਰੋਬਾਰ ਸਿੱਖ ਕੇ ਆਪਦਾ ਕਾਰੋਬਾਰ ਚਾਲੂ ਕਰ ਸਕੋਗੇ, ਚੰਗੀ ਤਨਖਾਹ ਪਾ ਸਕੋਗੇ, ਤੁਹਾਡੀ ਉਹਦੇ 'ਚ ਕਾਮਯਾਬੀ ਹੋਏਗੀ। ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣਾ ਚਾਹੋ, ਸਾਡੇ ਫੋਨ ਨੰਬਰ ਉੱਪਰ ਦਿੱਤੇ ਗਏ ਨੇ, ਸਾਡਾ ਆਫਿਸ ਪਟਿਆਲੇ ਪੰਜਾਬ ਇੰਡੀਆ 'ਚ ਹੈ, ਤੁਸੀਂ ਉੱਥੋਂ ਦੇ ਦਿਨ ਦੇ ਵੇਲੇ ਫੋਨ ਕਰਕੇ ਸਾਡੇ ਕੋਲ ਵਧੇਰੇ ਜਾਣਕਾਰੀ ਲੈ ਸਕਦੇ ਜੀ। ਥੈਂਕ ਯੂ ਵੈਰੀ ਮੱਚ, ਸਟੇ ਕਨੈਕਟਡ ਵਿਦ ਅਸ।